ਹਾਂਜੀ ਵਰਲਡ ਸਮachar ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਇਸ ਚੈਨਲ ਦੇ ਉੱਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਜੇ ਹੋ ਸਕੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਚਲਦੇ ਹਾਂ ਆਪਣੀਆਂ ਨਿਊਜ਼ ਦੇ ਉੱਤੇ ਸਾਊਥ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਦੁਨੀਆ ਦੇ ਵਿੱਚ ਇਸ ਟਾਈਮ ਕੀ ਕੀ ਹੋ ਰਿਹਾ ਹੈ ਯੂਕੇ ਦੇ ਵਿੱਚ ਜਿਹੜੇ 27125 ਕੇਸ ਆਏ ਹੈ 27 ਲੋਕ ਦੀ ਡੈਥ ਹੋਈ ਹੈ ਇਸ ਟਾਈਮ ਯੂਕੇ ਦੇ ਵਿੱਚ ਜਿਹੜੇ ਐਕਟਿਵ ਕੇਸ ਹਨ ਇਹਦੀ ਗਿਣਤੀ 397211 ਤੇ ਪਹੁੰਚ ਚੁੱਕੀ ਹੈ ਜੇ ਇਟਲੀ ਵਿੱਚ ਦੇਖੀਏ ਤਾਂ 794 ਕੇਸ 28 ਲੋਕਾਂ ਦੀ ਮੌਤ 2345 ਬੰਦਾ ਠੀਕ ਹੋਇਆ ਐਕਟਿਵ ਕੇਸ ਜਿਹੜੇ ਇਟਲੀ ਵਿੱਚ 50000 ਤੋਂ ਥੱਲੇ ਆ ਚੁੱਕੇ ਹਨ 47799 ਇਹਦੇ ਨਾਲ ਹੀ ਯੂ ਐਸ ਸੀ ਦੇ ਵਿੱਚ ਦੇਖੀਏ ਤਾਂ ਜਿਹੜਾ ਐਕਟਿਵ ਕੇਸ ਹੈ ਜਿਸ ਵਿੱਚ 4888610 ਤੇ ਇੰਡੀਆ ਦੇ ਵਿੱਚ 516459 ਤੇ ਐਕਟਿਵ ਕੇਸ ਆ ਚੁੱਕਾ ਹੈ ਫਰਾਂਸ ਦੇ ਵਿੱਚ ਵੀ 44127 ਐਕਟਿਵ ਕੇਸ ਇਸ ਟਾਈਮ ਹੈ ਤੇ ਬ੍ਰਾਜ਼ੀਲ ਦੇ ਵਿੱਚ ਜਿਹੜੇ ਕੇਸ ਐਕਟਿਵ ਬਹੁਤ ਜ਼ਿਆਦਾ ਹਨ 1170843 ਇਸ ਤੋਂ ਇਲਾਵਾ ਸਪੇਨ ਦੇ ਵਿੱਚ ਵੀ 136838 ਐਕਟਿਵ ਕੇਸ ਹੈ ਜਰਮਨ ਦੇ ਵਿੱਚ 18650 40 ਕੇਸ ਨਵੇਂ ਜਰਮਨ ਦੇ ਵਿੱਚ ਆਏ ਹਨ ਪੋਲੈਂਡ ਦੇ ਵਿੱਚ 15338 ਕੇਸ ਹਨ ਤੇ ਇਸੇ ਤਰ੍ਹਾਂ ਜਿਹੜਾ ਦੇਸ਼ ਹੈ ਜੀ ਆਪਣਾ ਬੈਲਜੀਅਮ 23874 ਕੇਸ ਪੁਰਤਗਾਲ ਦੇ ਵਿੱਚ 35855 ਕੇਸ ਹਨ ਟੋਟਲ ਜਿਹੜੇ ਐਕਟਿਵ ਦੀ ਅੱਪਾ ਗੱਲ ਕਰ ਰਹੇ ਹਾਂ ਤੇ ਸਪੇਨ ਦੇ ਵਿੱਚ 136000 ਬਾਕੀ ਜੀ ਆਪਾਂ ਸਪੈਸ਼ਲੀ ਤੌਰ ਤੇ ਗੱਲ ਕਰੀਏ ਯੂਕੇ ਦੀ ਇਸ ਟਾਈਮ ਜਿਹੜੇ ਕੇਸ ਨੇ ਡੈਲਟਾ ਵੇਰੀਐਂਟ ਦੇ ਕੇਸ ਤੋਂ ਬਹੁਤ ਆ ਰਹੇ ਹਨ ਪਰੰਤੂ ਇਹਦੇ ਵਿੱਚ ਇੱਕ ਚੰਗੀ ਗੱਲ ਜਿਹੜੀ ਉਹ ਇਹ ਹੈ ਕਿ ਜਿਆਦਾ ਕੇਸ ਆਉਣ ਦੇ ਬਾਵਜੂਦ ਵੀ ਜਿਹੜਾ ਡੈਥ ਰੇਟ ਹੈ ਉਹ ਯੂਕੇ ਦੇ ਵਿੱਚ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਸਟੇਬਲ ਹੈ ਜਿਆਦਾ ਕੋਈ ਖਤਰਨਾਕ ਜਿਹੜਾ ਅੰਕੜਾ ਨਹੀਂ ਆ ਰਿਹਾ 27 ਲੋਕਾਂ ਦੀ ਡੈਥ ਹੋਈ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰੰਤੂ ਇਹਦੇ ਵਿੱਚ ਵੀ ਜਿਆਦਾ ਲੋਕ ਉਹੀ ਹਨ ਜਿਨ੍ਹਾਂ ਨੇ ਅਜੇ ਤੱਕ ਵੈਕਸੀਨ ਵਗੈਰਾ ਨਹੀਂ ਲਗਵਾਈ ਹੋਈ ਬਾਕੀ ਹੁਣ ਇੱਕ ਬਹੁਤ ਲੋਕਾਂ ਨੂੰ ਦੁਬਧਾ ਸੀ ਇਸ ਚੀਜ਼ ਦੀ ਕਿ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਹਨ ਉਹਨਾਂ ਦੇ ਜਿਹੜਾ ਇੰਜੈਕਸ਼ਨ ਹੈ ਜੀ ਕਰੋਨਾ ਦਾ ਲਾਇਆ ਜਾਵੇ ਜਾਂ ਨਾ ਲਾਇਆ ਜਾਵੇ ਤੁਹਾਨੂੰ ਆਪਾਂ ਦੂਰ ਨਹੀਂ ਲੈ ਕੇ ਜਾਣਾ ਆਪਾਂ ਤੁਹਾਨੂੰ ਆਪਣੇ ਦੇਸ਼ ਦੇ ਵਿੱਚ ਹੀ ਲੈ ਕੇ ਜਾਣੇ ਆਂ ਇੰਡੀਆ ਦੇ ਵਿੱਚ ਜਿਹੜੀ ਇੱਕ ਸਰਕਾਰ ਦਾ ਇੱਕ ਕਮੇਟੀ ਹੈ ਜੀ ਜਿਹਦਾ ਨਾਮ ਹੈ ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਕ੍ਰੂਜ ਐਨਟੀਏਜੀਆਈ ਇਸ ਨੇ ਸਿਹਤ ਮੰਤਰਾਲੇ ਨੂੰ ਸਿਫਾਰਸ਼ ਕੀਤੀ ਹੈ ਕਿ ਜਿਹੜੀਆਂ ਗਰਭਵਤੀ ਔਰਤਾਂ ਹਨ ਇਹਨਾਂ ਨੂੰ ਵੀ ਟੀਕਾ ਲਾਇਆ ਜਾਵੇ ਤੇ ਉਸ ਤੋਂ ਬਾਅਦ ਸਿਹਤ ਮੰਤਰਾਲਾ ਜਿਹੜਾ ਹੈ ਜੀ ਉਸ ਨੇ ਜਿਹੜੀ ਮਨਜ਼ੂਰੀ ਇਸ ਚੀਜ਼ ਦੀ ਦੇ ਦਿੱਤੀ ਹੈ ਹੋਰ ਗਰਭਪਤੀ ਲੇਡੀਜ਼ ਜਿਹੜੀਆਂ ਹਨ ਉਹ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ ਜਾਂ ਸਿੱਧੇ ਕਰੋਨਾ ਸੈਂਟਰ ਦੇ ਵਿੱਚ ਜਾ ਕੇ ਵੀ ਜਿਹੜੀ ਵੈਕਸੀਨ ਉਹ ਲਗਵਾ ਸਕਦੀਆਂ ਹਨ ਬਾਕੀ ਪੂਰੇ ਇੰਡੀਆ ਦੇ ਵਿੱਚ ਜਿਹੜਾ ਵੈਕਸੀਨੇਸ਼ਨ ਦਾ ਕੰਮ ਹੈ ਜੀ ਬਹੁਤ ਜ਼ਿਆਦਾ ਸਪੀਡ ਦੇ ਨਾਲ ਚੱਲ ਰਿਹਾ ਹੈ ਇੰਡੀਆ ਦੇ ਵਿੱਚ ਤਾਂ 34 ਕਰੋੜ ਲੋਕ ਜਿਹੜੇ ਹਨ ਇਹਨਾਂ ਨੂੰ ਵੈਕਸੀਨ ਲੱਗ ਵੀ ਚੁੱਕੀ ਹੈ ਇੱਕ ਇੱਕ ਦਿਨ ਦੇ ਵਿੱਚ ਤਕਰੀਬਨ 88 ਲੱਖ ਲੋਕਾਂ ਨੂੰ 90 ਲੱਖ ਲੋਕਾਂ ਨੂੰ ਵੀ ਟੀਕਾ ਇੱਕ ਦਿਨ ਦੇ ਵਿੱਚ ਲਾਇਆ ਜਾ ਰਿਹਾ ਹੈ ਚਲਦੇ ਹਾਂ ਜੀ ਆਪਣੀ ਅਗਲੀ ਖਬਰ ਦੇ ਉੱਤੇ ਅਗਲੀ ਖਬਰ ਆਪਣੀ ਇਸ ਤਰ੍ਹਾਂ ਹੈ ਕਿ ਅੱਜ ਤੋਂ 20 ਸਾਲ ਪਹਿਲਾਂ ਆਪਣਾ ਦੇਸ਼ ਆਪਣੇ ਇੰਡੀਆ ਦੇ ਨਾਲ ਲੱਗਦਾ ਦੇਸ਼ ਅਫਗਾਨਿਸਤਾਨ ਉਹਦੇ ਵਿੱਚ ਯੂਰਪੀ ਸੈਨਿਕ ਜਿਹੜੇ ਸਨ ਇਹਨਾਂ ਦੀ ਤਾਇਨਾਤੀ ਕੀਤੀ ਗਈ ਸੀ ਤਾਂ ਕਿ ਉੱਥੇ ਕੋਈ ਜਿਹੜੀਆਂ ਪ੍ਰੋਬਲਮਸ ਵਗੈਰਾ ਚੱਲ ਰਹੀਆਂ ਸਨ ਉਹਨਾਂ ਦੇ ਵਿੱਚ ਜਿਹੜੇ ਏਡੀ ਯੂਰਪੀ ਸੈਨਾਵਾਂ ਸਨ ਤਾਂ ਕਿ ਸ਼ਾਂਤੀ ਵਾਸਤੇ ਕੁਝ ਸਹਿਯੋਗ ਕਰ ਸਕਣ ਤੇ ਹੁਣ ਕੀ ਹੋਇਆ ਕਿ ਅਫਗਾਨਿਸਤਾਨ ਦੇ ਵਿੱਚ ਜਿਹੜੀ ਤਾਇਨਾਤ ਜਰਮਨੀ ਦੀ ਤੇ ਇਟਲੀ ਦੇ ਸੈਨਿਕਾਂ ਦੀ ਆਖਰੀ ਟੁਕੜੀ ਸੀ ਉਸ ਦੀ ਵੀ ਜਿਹੜੀ ਦੇਸ਼ਾਂ ਦੇ ਵਿੱਚ ਵਾਪਸੀ ਹੋ ਚੁੱਕੀ ਹੈ ਮਤਲਬ ਉੱਥੋਂ ਇਹ ਜਿਹੜੇ ਸੈਨਿਕ ਹਨ ਆਪੋ ਆਪਣੇ ਦੇਸ਼ਾਂ ਦੇ ਵਿੱਚ ਵਾਪਸ ਆ ਚੁੱਕੇ ਹਨ ਇਹ ਕਿ ਤਨੇ ਵੀ ਦੱਸਿਆ ਕਿ ਜਿਹੜੇ ਅਮਰੀਕਾ ਦੇ ਸੈਨਿਕ ਸਨ ਉਹ ਵੀ ਆਪਣੇ ਦੇਸ਼ ਵਿੱਚ ਵਾਪਸ ਪਰਤ ਚੁੱਕੇ ਹਨ ਪਰੰਤੂ ਜਿਹੜੇ ਹੁਣ ਇਸ ਟਾਈਮ ਕਿੰਨੇ ਸੈਨਿਕ afghanistan ਦੇ ਵਿੱਚ ਹਨ ਇਸ ਦੇ ਬਾਰੇ ਜਿਹੜੀ ਜਾਣਕਾਰੀ NATO ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਕਿ ਮੌਜੂਦਾ ਸਮੇਂ ਦੇ ਵਿੱਚ ਫਿਲਹਾਲ ਜਿਹੜੇ ਕਿੰਨੇ ਸੈਨਿਕ afghanistan ਦੇ ਵਿੱਚ ਹਨ ਚਲਦੇ ਹਾਂ ਜੀ ਆਪਣੀ ਅਗਲੀ ਖਬਰ ਉਤੇ ਅਗਲੀ ਖਬਰ ਆਪਣੀ ਇੱਕ UK ਦੇ ਨਾਲ ਸੰਬੰਧਿਤ ਇਹਦੇ ਵਿੱਚ ਇੱਕ ਟਰੱਕ ਜਿਹੜਾ ਕਿ ਐਂਟੀ ਕਲੌਕਵਾਈਜ਼ ਕੈਰੇਜਵੇ ਦੇ ਉੱਤੇ ਰੋਕਿਆ ਜਾਂਦਾ ਹੈ ਸਮਾਂ ਜਿਹੜਾ ਉਸ ਟਾਈਮ ਸੀਰੀ ਸਵੇਰ ਦੇ 11:30 ਵਜੇ ਦਾ ਸਮਾਂ ਸੀ ਚੱਕਰੇ ਬਣਦਾ ਹੈ ਕਿ ਕਿਸੇ ਨੇ ਪੁਲਿਸ ਨੂੰ ਕੋਈ ਸੂਚਨਾ ਦਿੱਤੀ 11 ਵਜੇ ਦੇ ਕਰੀਬ ਕਿ ਇੱਕ ਵਾਹਨ ਇਹੋ ਜਿਹਾ ਜਾ ਰਿਹਾ ਜਿਹਦੇ ਵਿੱਚ ਕੁਝ ਲੋਕ ਜਿਹੜੇ ਪ੍ਰਵਾਸੀ ਲੋਕ ਹਨ ਤੇ ਜਿਨ੍ਹਾਂ ਦੇ ਇਸ ਟਾਈਮ ਮਰਨ ਦਾ ਖਤਰਾ ਹੈ ਮਤਲਬ ਸਾਹ ਵਗੈਰਾ ਵੀ ਜਿਹੜਾ ਹੈ ਜੀ ਉਹਨਾਂ ਨੂੰ ਮੁਸ਼ਕਲ ਦੇ ਨਾਲ ਆ ਰਿਹਾ ਹੈ ਜਦੋਂ ਪੁਲਿਸ ਨੂੰ ਇਸ ਚੀਜ਼ ਦੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਜਿਹੜੀ ਹੈ ਜੀ ਹਰਕਤ ਦੇ ਵਿੱਚ ਜਾ ਜਾਂਦੀ ਹੈ ਪਰੰਤੂ ਪੁਲਿਸ ਨੂੰ ਜਿਹੜੀ ਜ਼ਿਆਦਾ ਜਾਣਕਾਰੀ ਨਹੀਂ ਸੀ ਕਿ ਇਹ ਜਿਹੜਾ ਵਾਹਨ ਹੈ ਜੀ ਕੀ ਹੋ ਸਕਦਾ ਟਰੱਕ ਹੈ ਜਾਂ ਕੀ ਚੀਜ਼ ਹੈ ਇਸ ਦੇ ਬਾਰੇ ਜਿਹੜੀ ਜ਼ਿਆਦਾ ਜਾਣਕਾਰੀ ਉਹਨਾਂ ਨੂੰ ਨਹੀਂ ਮਿਲੀ ਤੇ ਇਸ ਜਾਣਕਾਰੀ ਦੇ ਆਧਾਰ ਦੇ ਉੱਤੇ ਇਹਨਾਂ ਨੇ ਜੋ ਵੀ ਰੋਡ ਵਗੈਰਾ ਦੇ ਉੱਤੇ ਗੱਡੀਆਂ ਚੱਲ ਰਹੀਆਂ ਸਨ ਉਹਨਾਂ ਨੇ ਆਪਣਾ ਨਾਕਾ ਲਾ ਕੇ ਹਰ ਟਰੱਕ ਨੂੰ ਬੱਸ ਨੂੰ ਜਾਂ ਹੋਰ ਵੀ ਜੋ ਵੀ ਵੱਡੀਆਂ ਚੀਜ਼ਾਂ ਜਾ ਰਹੀਆਂ ਸਨ ਉੱਥੋਂ ਰੋਕ ਕੇ ਇਹਨਾਂ ਨੂੰ ਚੈਕਿੰਗ ਦੀ ਮੁਲਕ ਜਿਹੜਾ ਰੂਟੀਨ ਸੀ ਉਹ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਕੀ ਹੁੰਦਾ ਕਿ ਇਹਨਾਂ ਨੂੰ ਇੱਕ ਟਰੱਕ ਇਹੋ ਜਿਹਾ ਮਿਲਦਾ ਹੈ ਜਿਸ ਨੂੰ ਇਹਨਾਂ ਨੇ ਜਦੋਂ ਰੋਕਿਆ ਤੋਂ ਦੇ ਵਿੱਚੋਂ ਤਕਰੀਬਨ 12 ਜਿਹੜੇ ਵਿਅਕਤੀ ਸਨ ਉਹ ਵਿੱਚੋਂ ਉਹਦੇ ਬਰਾਬਰ ਹੰਦ ਕੀਤੇ ਜਾਂਦੇ ਹਨ ਇਹ ਸਾਰੇ ਜਿਹੜੇ 12 ਬੰਦੇ ਸਨ ਟਰੱਕ ਦਾ ਜਿਹੜਾ ਪਿਛਲਾ ਹਿੱਸਾ ਸੀ ਉਹਦੇ ਵਿੱਚ ਬੰਦ ਕੀਤੇ ਹੋਏ ਸਨ ਕਿਸਾ ਲੈਣ ਦੇ ਵਾਸਤੇ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਸੀ ਹੋ ਸਕਦਾ ਸੀ ਕਿ ਅਗਰ ਪੁਲਿਸ ਇਹਨਾਂ ਨੂੰ ਮੌਕੇ ਦੇ ਉੱਤੇ ਨਾ ਫੜਦੀ ਤੇ ਨਾ ਵਿੱਚੋਂ ਕੁਝ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ ਇੱਥੇ ਵੀ ਤਾਂ ਸੀ ਕਿ ਸਾਰੇ ਜਿਹੜੇ ਲੋਕਸਾਂ ਨੇ ਗੈਰ ਕਾਨੂੰਨੀ ਰੂਪ ਦੇ ਨਾਲ ਮਲੇ ਯੂਕੇ ਦੇ ਵਿੱਚ ਆ ਰਹੇ ਸਨ ਤੇ ਉੱਥੋਂ ਇੱਕ ਸਟੇਟ ਤੋਂ ਕਹਿ ਸਕਦੇ ਹਾਂ ਕਿ ਦੂਜੇ ਇਲਾਕੇ ਦੇ ਵਿੱਚ ਜਾ ਰਹੇ ਸਨ ਕਿਸੇ ਹੋਰ ਤਰੀਕੇ ਦੇ ਨਾਲ ਬਾਕੀ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਯੂਕੇ ਦੇ ਵਿੱਚ ਜਿਹੜੀ ਕਿ ਉਹਨਾਂ ਨੇ ਇਸ ਸਕੀਮ ਚਲਾਈ ਸੀ EU ਸੈਟਲਮੈਂਟ ਯੋਜਨਾ ਉਹਦੇ ਵਾਸਤੇ ਜਿਹੜਾ ਇਹਨਾਂ ਨੇ ਲਾਸਟ ਤਰੀਕ ਦੱਸੀ ਸੀ ਉਹ 30 ਜੂਨ ਡੇਟ ਸੀ ਬਾਕੀ ਤਨੂੰ ਇੱਥੇ ਵੀ ਦੱਸ ਦਈਏ ਕਿ ਡੈਡਲਾਈਨ ਆਉਣ ਤੋਂ ਪਹਿਲਾਂ ਜਿੱਦਾਂ ਕੀਤੀ ਜੂਨ ਤੋਂ ਪਹਿਲਾਂ ਇੱਕ ਦਿਨ ਆਪਾਂ ਦੇਖੀਏ ਤਾਂ ਕਾਫੀ ਜਿਹੜੇ ਲੋਕ ਸਨ ਜਿਨ੍ਹਾਂ ਨੇ ਕਿ ਅਜੇ ਤੱਕ ਵੀ ਇਸ ਦੇ ਵਾਸਤੇ ਜਿਹੜਾ ਐਪਲੀਕੇਸ਼ਨ ਫਾਰਮ ਜਮਾ ਨਹੀਂ ਕਰਵਾਇਆ ਸੀ ਕਾਫੀ ਲੱਖਾਂ ਦੇ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਸੀ ਜਿਉਂ ਹੀ ਜਿਹੜੀ ਖਬਰ ਹੈ ਜੀ ਅੱਗ ਵਾਂਗੂ ਬਰੇਟਨ ਦੇ ਵਿੱਚ ਫੈਲਦੀ ਹੈ ਤਾਂ ਲੋਕਾਂ ਨੇ ਜਿਹੜਾ ਬਹੁਤ ਸਪੀਡ ਦੇ ਨਾਲ ਮਤਲਬ ਜਿਹੜੀਆਂ ਆਪਣੀ ਐਪਲੀਕੇਸ਼ਨ ਜਮਾ ਕਰਵਾਈਆਂ ਤਕਰੀਬਨ 30 ਜੂਨ ਲਾਸਟ ਡੇਟ ਜਿਹੜੀ ਸੀ ਉਹਦੇ ਤੱਕ ਇਹਨਾਂ ਨੇ ਤਕਰੀਬਨ 6 ਮਿਲੀਅਨ ਲੋਕ ਜਿਹੜੇ ਸਨ ਇਹਨਾਂ ਨੇ ਆਪਣੀ ਐਪਲੀਕੇਸ਼ਨ ਜਿਹ ਜਿਨ੍ਹਾਂ ਦੇ ਵਿੱਚੋਂ 620000 ਦੇ ਵਿੱਚੋਂ 545000 ਜਿਹੜੇ ਲੋਕਾਂ ਨੇ ਇਹਨਾਂ ਦਾ ਜਿਹੜਾ ਰਿਜ਼ਲਟ ਹੈ ਜੋ ਮਿਲ ਚੁੱਕਾ ਹੈ 545000 ਦੇ ਵਿੱਚੋਂ ਤਕਰੀਬਨ 4% ਜੇ ਆਪਾਂ 4% ਦੇਖੀਏ ਤਾਂ ਤਕਰੀਬਨ 22000 ਬੰਦਾ ਹੈ ਜੀ ਜਿਹੜਾ ਇਹਨਾਂ ਦੇ ਜਿਹੜਾ ਰਿਜੈਕਟ ਕਰ ਦਿੱਤਾ ਗਿਆ ਹੈ 22000 ਦੇ ਕਰੀਬ ਲੋਕਾਂ ਨੂੰ ਕੀਤਾ ਗਿਆ ਰਿਜੈਕਟ ਯੂਕੇ ਦੇ ਵਿੱਚ ਸੈਟਲਮੈਂਟ ਸਕੀਮ ਦੇ ਵਾਸਤੇ ਮਤਲਬ ਕੀ ਹੈ ਕਿ ਇਹਨਾਂ ਲੋਕਾਂ ਨੂੰ ਕੱਚਾ ਮੰਨ ਲਿਆ ਗਿਆ ਹੈ ਅਵੈਧ ਮੰਨ ਲਿਆ ਗਿਆ ਹੈ ਇਸ ਤੋਂ ਇਲਾਵਾ ਜਿਹੜੇ ਬਾਕੀ ਲੋਕ ਬਚੇ ਹਨ ਉਹਨਾਂ ਨੂੰ ਜਾਂ ਤਾਂ ਜਿੱਦਾਂ ਸੈਟਲ ਤਵਜੋਂ ਸਵਕਾਰ ਕਰ ਲਿਆ ਗਿਆ ਹੈ ਜਾਂ ਫੇਕ ਦੂਸਰਾ ਹੈ ਹੋਰ ਰੁਤਬਾ ਹੁੰਦਾ ਪਲੀਜ਼ ਸੈਟਲਡ ਇਸ ਤਰ੍ਹਾਂ ਉਹਨਾਂ ਨੂੰ ਇਹ ਰੁਤਬਾ ਮਿਲਿਆ ਹੈ ਹੁਣ ਇਸ ਤੋਂ ਬਾਅਦ ਕੀ ਹੋਏਗਾ ਕਿ ਜਿਹਨਾਂ ਲੋਕਾਂ ਨੇ ਅਜੇ ਤੱਕ ਵੀ ਅਪਲੀਕੇਸ਼ਨ ਨਹੀਂ ਦਿੱਤੀ ਹੈ ਉਹਨਾਂ ਨੂੰ ਜਿੱਦਾਂ ਕਿ ਜਾਣਕਾਰੀ ਮਿਲੀ ਹੈ ਕਿ ਇੱਕ ਜਿਹੜਾ ਉਹਨਾਂ ਨੂੰ 28 ਦਿਨ ਦਾ ਇੱਕ ਨੋਟਿਸ ਦਿੱਤਾ ਜਾਵੇਗਾ ਉਹਦੇ ਉੱਤੇ ਦੁਬਾਰਾ ਜਿਹੜੀ ਉਹ ਆਪਣੀ ਅਪਲੀਕੇਸ਼ਨ ਜਿੱਦਾਂ ਕਿ ਸਬਮਿਟ ਕਰਵਾ ਸਕਦੇ ਹਨ ਚਲਦੇ ਹਾਂ ਜੀ ਆਪਣੀ ਅਗਲੀ ਖਬਰ ਦੇ ਉੱਤੇ ਅਗਲੀ ਖਬਰ ਜਿਹੜੀ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਕੁਝ ਸਮਾਂ ਬਾਅਦ ਜਿਹੜੀਆਂ ਉੱ ਉਹ ਹੋਂਦ ਦੇ ਵਿੱਚ ਆ ਜਾਣਗੀਆਂ ਪਹਿਲਾਂ 2020 ਤੱਕ کیا جائزہ ਸੀ ਪਰੰਤੂ 2020 ਤੱਕ ਵੀ ਆਪਾਂ ਨੂੰ ਜੇ ਸੜਕਾਂ ਦੇ ਉੱਤੇ ਜਿਹੜੀਆਂ ਇਹੋ ਜਿਹੀਆਂ ਕਾਰਾਂ ਦਿਖਾਈ ਨਹੀਂ ਦਿੰਦੀਆਂ ਪਰੰਤੂ ਇਹ ਜਿਹੜੀ ਕਾਰ ਹੈ ਜੀ ਸਰਵਾਕੀਆ ਦੇਸ਼ ਹੈ ਦੇ ਵਿੱਚ ਇਹ ਕਾਰ ਤੁਹਾਨੂੰ ਦਿਖਾਈ ਦੇਵੇਗੀ ਇਹਨਾਂ ਨੇ ਜਿਹੜਾ ਹੈ ਜੀ ਐਕਸਪੈਰੀਮੈਂਟ ਵੀ ਕੀਤਾ ਤੇ ਸਫਲ ਜਿਹੜੀ ਉਡਾਨ ਵੀ ਭਰ ਲਈ ਹੈ ਬ੍ਰਿਟਸੇਲਵਾ ਜਿਹੜਾ ਇੱਕ ਇਲਾਕਾ ਪੈਂਦਾ ਹੈ ਰਿਪੋਰਟ ਹੈ ਬਹੁਤ ਸਾਰੇ ਪੰਜਾਬੀ ਇੱਥੇ ਜਾ ਚੁੱਕੇ ਹਨ ਜਦੋਂ ਆਪਾਂ ਇਟਲੀ ਵਗੈਰਾ ਨੂੰ ਆਉਂਦੇ ਹਾਂ ਇਹ ਕਾਰ ਦੀਆਂ ਜਿਹੜੀਆਂ ਕੁਝ ਖੂਬੀਆਂ ਤੁਹਾਨੂੰ ਵੀ ਦੱਸ ਜੇ ਕਿ ਜਿਹੜੀ ਕਾਰ ਹੈ ਜੀ ਕਾਰ ਤੋਂ ਇਸ ਨੂੰ ਹੈਲੀਕਾਪਟਰ ਜਾਂ ਜ ਤੁਸੀਂ ਕੁਝ ਵੀ ਇਸ ਨੂੰ ਕਹਿ ਲਓ ਇਸ ਨੂੰ ਉਸ ਚੀਜ਼ ਫਲਾਈਂਗ ਮਸ਼ੀਨ ਬਣ ਦੇ ਵਿੱਚ ਤਕਰੀਬਨ 2 ਮਿੰਟ ਦਾ ਸਮਾਂ ਲੱਗਦਾ ਹੈ 2 ਮਿੰਟ ਦੇ ਵਿੱਚ ਜਿਹੜੀ ਆਪਣੇ ਪਰ वगैरह ਨੂੰ ਜਿਹੜੀ ਕਾਰ ਹੈ ਜੀ ਐਡਜਸਟ ਕਰ ਲੈਂਦੀ ਹੈ ਇਸ ਤੋਂ ਬਾਅਦ ਫਿਰ ਇਸ ਕਾਰ ਨੂੰ ਜਿੱਦਾਂ ਕਿ ਉਡਾਨ ਭਰਨ ਦੇ ਵਾਸਤੇ 15 ਸੈਕਿੰਡ ਦਾ ਸਮਾਂ ਹੋਰ ਚਾਹੀਦਾ ਹੁੰਦਾ ਹੈ ਜਿੱਦਾਂ ਕਿ ਜਹਾਜ਼ ਟੇਕ-ਆਫ ਕਰਦਾ ਹੈ ਉਸੇ ਤਰ੍ਹਾਂ ਜਿਹੜੀ ਕਾਰ ਹੈ ਜੀ ਪਹਿਲਾਂ ਰੋਡ ਤੇ ਸਪੀਡ ਫੜਦੀ ਹੈ ਉਸ ਤੋਂ ਬਾਅਦ ਫਿਰ ਇਹ ਉੱਡਣਾ ਸ਼ੁਰੂ ਕਰਦੀ ਹੈ 15 ਸੈਕਿੰਡ ਉਸ ਦੇ ਵਿੱਚ ਲੱਗਦੇ ਹਨ ਬਾਕੀ ਇਹ ਕਾਰ ਪੈਟਰੋਲ ਦੇ ਉੱਪਰ ਚੱਲਦੀ ਹੈ ਤੇ 190 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਉੱ ਇਹ ਜੇ ਤੁਹਾਨੂੰ ਇਹ ਵੀ ਦੱਸਦੀ ਕਿ ਜੋ ਤੁਸੀਂ ਇੰਡੀਆ ਨੂੰ ਜਾਂਦੇ ਹੋ ਜਹਾਜ਼ ਦੇ ਵਿੱਚ ਬੈਠ ਕੇ ਤਾਂ ਜਹਾਜ਼ ਦੀ ਜਿਹੜੀ ਸਪੀਡ ਹੁੰਦੀ ਹੈ ਉਹ ਤਕਰੀਬਨ 900 950 ਜਾਂ 1000 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਜਿਹੜੀ ਜਹਾਜ਼ ਉੱਡਦਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਜਿਹੜੀ ਹੈ ਜੀ 1000 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ ਹੁਣ ਇਹ ਖਬਰ ਸੁਣ ਕੇ ਸ਼ਾਇਦ ਤੁਹਾਡਾ ਵੀ ਦਿਲ ਕਰ ਗਿਆ ਕਿ ਜਿਹੜੀ ਕਾਰ ਹੈ ਜੀ ਜਲਦੀ ਤੋਂ ਜਲਦੀ ਸਾਡੇ ਹੱਥ ਵੀ ਆ ਜਾਵੇ ਜੇ ਆਪਾਂ ਇਸ ਦੀ ਪ੍ਰਾਈਸ ਵਗੈਰਾ ਦੀ ਗੱਲ ਕਰੀ ਤਾਂ ਪ੍ਰਾਈਸ ਬਾਰੇ ਜੀ ਇਸ ਦਾ ਕੁਝ ਵੀ ਨਹੀਂ ਦੱਸਿਆ ਗਿਆ ਕਿ ਇਸ ਦਾ ਜਿਹੜਾ ਰੇਟ ਵਗੈਰਾ ਕਿੰਨਾ ਹੈ ਪਰ ਤੁਹਾਨੂੰ ਇੰਨੀ ਜਾਣਕਾਰੀ ਜ਼ਰੂਰ ਦੇ ਦੇਵਾਂਗੇ ਕਿ ਇਹ ਜਿਹੜੀ ਕਾਰ ਹੈ तकरीबन 40 ਘੰਟੇ ਜਿਹੜੇ ਹਵਾ ਦੇ ਵਿੱਚ ਇਹ ਪੂਰੇ ਕਰ ਚੁੱਕੀ ਹੈ ਮਲੇ ਇਸ ਦੇ ਉੱਤੇ ਐਕਸਪੈਰੀਮੈਂਟ ਬਹੁਤ ਜ਼ਿਆਦਾ ਹੋ ਚੁੱਕੇ ਹਨ ਤੇ तकरीबन ਆਪਾਂ ਇਹ ਕਹਿ ਸਕਦੇ ਹਾਂ ਅਗਰ ਕਿਸੇ ਦੇ ਜੀਬ ਦੇ ਵਿੱਚ ਪੈਸਾ ਹੋਏਗਾ ਤਾਂ ਉਹ ਬੰਦਾ ਜਿਹੜਾ ਇਸ ਕਾਰ ਨੂੰ ਖਰੀਦ ਸਕਦਾ ਹੈ ਬਾਕੀ ਅੱਜ ਦੀਆਂ ਖਬਰਾਂ ਦੇ ਵਿੱਚ ਬਸ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਬਹੁਤ-ਬਹੁਤ ਧੰਨਵਾਦ